ਮੋਗੇ ਤੋਂ, ਮੋਗੇ ਤੋਂ ਆ ਰਿਹਾ ਵੈਸਟਰਨ ਯੂਨੀਅਨ ਤੋਂ, ਵੈਸਟਰਨ ਯੂਨੀਅਨ 'ਚੋਂ ਆ ਰਿਹਾ ਸੀਗਾ ਅਤੇ ਮੈਂ ਪਿੰਡ ਆ ਕੇ ਜਾਣੀ ਆਰ ਡੀ ਐੱਸ ਕਰਨੀ ਸੀ ਬੈਂਕ ਦੇ ਵਿੱਚ ਅਤੇ ਤਕਰੀਬਨ 11 ਵਜੇ ਚਾਰ ਜਣੇ ਆਏ, ਦੋ ਜਣੇ ਉੱਧਰਲੇ ਪਾਸੇ ਦੋ ਜਣੇ ਉੱਧਰਲੇ ਪਾਸੇ, ਉਹਨਾਂ ਨੇ ਮੋਟਰਸਾਈਕਲ ਅੱਗੇ ਲਾ ਲਿਆ। ਜਦੋਂ ਮੈਂ ਘਿਰ ਗਿਆ ਤਾਂ ਫਿਰ ਮੈਂ ਗੱਡੀ ਤਾਂ ਮੇਰੀ ਕਿਸੇ ਪਾਸੇ ਨਿਕਲ ਨਹੀਂ ਸੀ, ਮੈਂ ਕੱਚੇ ਥਾਂ ਨੂੰ ਨਿਕਲ ਗਿਆ ਅਤੇ ਉਹਨਾਂ ਨੇ ਮੈਥੋਂ ਜਾਣੀ ਝਪਟ ਮਾਰੀ ਅਤੇ ਮੇਰਾ ਪਾੜਤੀ ਜੇਬ ਮੋਬਾਇਲ ਮੇਰਾ ਜਾਣੀ ਪੱਠੇ ਦੀ ਪੱਟੀ ਜ਼ਮੀਨ ਦੇ ਵਿੱਚ ਥੱਲੇ ਡਿੱਗ ਪਿਆ। ਤਾਂ ਦੂਜੇ ਬੰਦੇ ਜਿਹੜੇ ਸੀਗੇ, ਦੂਸਰੇ ਦੋ ਜਣੇ, ਉਹ ਸਿੱਧਾ ਗੱਡੀ ਨੂੰ ਆਏ, ਉਹਨਾਂ ਨੇ ਗੱਡੀ 'ਚੋਂ ਪੈਸੇ ਕੱਢੇ ਅਤੇ ਆਵਾਜ਼ ਮਾਰੀ ਨਾਲ ਦਿਆਂ ਨੂੰ ਵੀ ਆ ਜਾਓ, ਕੰਮ ਬਣ ਗਿਆ। ਉਸ ਉਦੋਂ ਹੀ ਉਹ ਭੱਜ ਗਏ। ਜਿਹੜਾ ਮੇਰੇ ਵਾਲੇ ਪਾਸੇ ਆਇਆ, ਜਿਹੜਾ ਮੇਰੇ ਨਾਲ ਹੱਥੋਂ ਪਾਈ ਹੋਇਆ, ਉਹਦੇ ਨਾਲ ਦਾ ਜਿਹੜਾ ਉਹਦੇ ਕੋਲ ਗਾਹ ਸੀਗਾ ਅਤੇ ਦੂਜੇ ਦਾ ਮੈਂ ਅਸਲਾ ਨਹੀਂ ਵੇਖਿਆ। ਜਿਹੜੇ ਦੂਜੇ ਦੋ ਆ, ਨਾ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖ ਸਕਿਆ ਕਿਉਂਕਿ ਮੈਂ ਬਾਹਲੇ ਨੀਵੇਂ ਥਾਂ ਉੱਤਰ ਗਿਆ। ਦੋ ਮੋਟਰਸਾਈਕਲਾਂ 'ਤੇ ਚਾਰ ਜਣੇ, ਚਾਰ ਜਣੇ, ਦੋ ਇੱਕ ਅਤੇ ਦੋ, ਹਾਂ ਦੋ ਇੱਕ ਅਤੇ ਦੋ। ਅਤੇ ਸਰ ਅੰਮ੍ਰਿਤ ਪੱਗ ਬੰਨੀ ਸੀਗੀ, ਮੋਨੇ ਸੀਗੇ, ਨਹੀਂ ਮੋਨੇ ਸੀ, ਚਾਰੇ ਜਣੇ ਮੋਨੇ ਸੀਗੇ, ਮੂੰਹ ਢੱਕਿਆ ਹੋਇਆ ਸੀਗਾ, ਦੋ ਦੋ ਜਣੇ ਸੀ ਮੋਟਰਸਾਈਕਲਾਂ 'ਤੇ। ਕੋਈ ਪਛਾਣ, ਕੋਈ ਥੋੜ੍ਹੀ ਬਹੁਤ? ਤਕਰੀਬਨ ਜਿਹੜਾ ਬੰਦਾ ਮੇਰੇ ਨਾਲ ਭੁਲਿਆ ਹੈਗਾ, ਜੇ ਸਾਹਮਣੇ ਹੋਵੇ ਤਾਂ ਮੈਂ ਉਹਨੂੰ ਵੀ ਤਕਰੀਬਨ ਸਿਆਣ ਸਕਦਾ। ਕਿੰਨੀ ਉਮਰ ਦੇ ਹੋਊਗੀ? ਉਹ ਹੋਊਗਾ ਤਕਰੀਬਨ 35 ਸਾਲ ਦਾ। ਬਾਕੀ ਸਾਰਿਆਂ ਦੀ ਉਮਰ ਕਿੰਨੀ? ਜਿਹੜਾ ਮੁੰਡਾ ਦੂਸਰਾ ਸੀਗਾ ਮੋਟਰਸਾਈਕਲ ਚਲਾਉਂਦਾ, ਉਹਦੇ ਤਾਂ ਉਮਰ ਮੇਰੇ ਹਿਸਾਬ ਨਾਲ 18 ਕੁ ਸਾਲ ਹੋਊਗੀ, ਮਸਾਂ 17-18 ਸਾਲ ਹੋਊਗੀ। ਅਤੇ ਸਰ ਪੁਲਿਸ ਨੂੰ ਇਤਲਾਹ ਫਿਰ ਦਿੱਤੀ? ਪੁਲਿਸ ਨੂੰ ਰੋਕ ਕੇ, ਪੁਲਿਸ ਦਾ ਮੌਕੇ 'ਤੇ ਡਿਪਟੀ ਸਾਹਿਬ ਆ ਗਏ, ਸਾਰੇ ਅਧਿਕਾਰੀ ਉਹਦੇ ਤਕਰੀਬਨ ਪਹੁੰਚ ਗਏ ਅਤੇ ਉਹਨਾਂ ਨੇ ਆਪਦੀ ਜਾਣੀ ਜਿੰਨੀ ਭਾਜ ਨੱਠ ਵਿਚਾਰਿਆਂ ਨੇ ਹੋ ਸਕਦੀ ਕੀਤੀ ਆ ਅਤੇ ਕਰ ਰਹੇ ਆ। ਸਰ ਜਦੋਂ ਵੈਸਟਰਨ ਯੂਨੀਅਨ ਦੇ ਪੈਸੇ ਲੈ ਕੇ ਨਿਕਲੇ, CCTV 'ਚ ਕੁਝ ਸਾਹਮਣੇ ਆਇਆ ਕਿ ਤੁਹਾਡੇ ਪਿੱਛੇ ਪਹਿਲਾਂ ਲੱਗੇ ਹੋਣ? ਨਹੀਂ ਨਹੀਂ, CCTV ਦੇ ਵਿੱਚ ਉੱਥੇ ਕੋਈ ਨਹੀਂ ਬੰਦਾ ਦਿਸ ਰਿਹਾ ਕਿਉਂਕਿ ਗੱਡੀ ਮੇਰੀ ਸੜਕ ਦੇ ਉੱਤੇ ਖੜੀ ਹੈ। ਮੈਂ ਆ ਗਿਆ ਗੱਡੀ ਦੇ ਵਿੱਚ ਬਹਿਨਾ, ਬਹਿ ਕੇ ਮੈਂ ਗੱਡੀ ਤੋਰ ਲੈਂਦਾ। ਉਹ ਦੁਕਾਨ ਵਾਲੇ ਵੀ ਇਸ ਕੈਮਰੇ ਚੈੱਕ ਕੀਤੇ ਆ, ਉੱਥੋਂ ਮੋਟਰਸਾਈਕਲ ਨਹੀਂ, ਉਹ ਸਿਰਫ ਕੱਸੀ ਜਦੋਂ ਲੰਘਦੇ ਆ ਆਪਾਂ, ਨਹਿਰ ਲੰਘਦੇ ਹਾਂ, ਉਦੋਂ ਹੀ ਮੋਟਰਸਾਈਕਲ ਮੈਨੂੰ ਕ੍ਰੋਸ ਕਰਦਾ। ਸਰ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹੋਵੇ? ਨਹੀਂ, ਮੋਟਰਸਾਈਕਲ ਦਾ ਨੰਬਰ ਨਹੀਂ ਸੀਗਾ। ਮੋਟਰਸਾਈਕਲ ਨਹੀਂ ਸੀਗਾ, ਲੱਥਾ ਵਸੇ ਮਗਰ। ਨਹੀਂ, ਦੂਜੇ ਦਾ ਤਾਂ ਮੈਂ ਹਾਲ ਨਾਲ ਦੇਖ ਹੀ ਨਹੀਂ ਸਕਿਆ ਕਿਉਂਕਿ ਮੈਂ ਨੀਵੀਂ ਥਾਂ 'ਤੇ, ਥਾਂ ਹੀ ਬਹੁਤ ਜ਼ਿਆਦਾ ਨੀਵੀਂ ਹੈ। ਸਰ ਤੁਹਾਨੂੰ ਨਹੀਂ ਲੱਗਦਾ ਵੀ ਜਨਮਾਂ ਦਿਨ ਇੰਨੀਆਂ ਵਾਰਦਾਤਾਂ ਹੋ ਰਹੀਆਂ, ਚੌਥੀ ਵਾਰਦਾਤ ਹੈ? ਗਲਤ ਹੈ, ਬਹੁਤ ਜ਼ਿਆਦਾ ਹੈਗੀ ਆ, ਕਾਨੂੰਨ ਵਿਵਸਥਾ ਦੇ ਸਵਾਲ ਉੱਠਦੇ ਆ ਬਹੁਤ ਜ਼ਿਆਦਾ। ਸੁੱਤੀ ਇਸ ਤਰ੍ਹਾਂ ਦੀ ਕਹਾਣੀ ਜਾਂ ਇੱਦਾਂ ਹੋਣ ਲੱਗ ਗਿਆ ਤਾਂ ਬਹੁਤ ਜ਼ਿਆਦਾ ਹੈਗਾ ਕਿਉਂਕਿ ਐਡੀ ਗੱਡੀ ਨੂੰ ਰੋਕਣਾ ਅਕਸਰ ਕੋਈ ਤਾਂ ਕਰਦੇ ਆ। ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਸਖਤੀ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਜੀ, ਕਾਰਵਾਈ ਕੀਤੀ ਜਾਵੇ, ਬੰਦੇ ਫੜੇ ਜਾਣ, ਟਰੇਸ ਹੋ ਜਾਣ, ਅੱਗੇ ਤੋਂ ਵਾਰਦਾਤ ਨਹੀਂ ਹੁੰਦੀ। ਉਹਦੇ ਵਿੱਚ ਹਰ ਜਿਹੜਾ ਮਤਲਬ ਮੁਕੱਦਮਾ ਸਾਡਾ ਗੁਰਸੇਵ ਸਿੰਘ ਪੁੱਤਰ ਜਮੇਰ ਸਿੰਘ ਵਾਸੀ ਖੁਸਾ ਕੋਟਲਾ ਰਹਿਣਾ ਵਾਲਾ ਵਾ, ਉਹਦਾ ਬੇਟਾ ਨਵਦੀਪ ਸਿੰਘ ਜਿਹੜਾ ਕਨੇਡਾ ਵਿੱਚ ਰਹਿ ਰਿਹਾ, ਸਟੱਡੀ ਵੀਜ਼ 'ਤੇ ਗਿਆ ਹੋਇਆ। ਉਹਨਾਂ ਨੇ ਨਵਦੀਪ ਸਿੰਘ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਸੀਗੇ। ਕੱਲ੍ਹ ਗਿਆ ਸੀ ਪਹਿਲਾਂ ਉਹ ਪੈਸੇ ਪਾਉਣ ਗੁਰਸੇਵ ਸਿੰਘ, ਪਰ ਲੇਟ ਹੋਣ ਕਾਰਨ ਉਹ ਪੈਸੇ ਨਹੀਂ ਫਸ ਗਿਆ ਅਤੇ ਕਾਗਜ਼ ਪੂਰੇ ਨਾ ਹੋਣ ਕਾਰਨ ਰਾਤੀ ਉਹਨੇ ਆਪਣੇ ਵਟਸਐਪ 'ਤੇ ਉਹਦੇ ਕਾਗਜ਼ ਆਪਦੇ ਬੇਟੇ ਪਾਸੋਂ ਮੰਗਾਏ ਕਨੇਡਾ ਤੋਂ। ਅੱਜ ਫਿਰ ਉਹ ਗਿਆ ਸੀ ਆਪਣੇ ਉਹਦੇ ਬੇਟੇ ਦੇ ਅਕਾਊਂਟ ਵਿੱਚ ਪੈਸੇ ਪਾਉਣ ਲਈ, ਪਰ ਉੱਥੇ ਜਿਹੜਾ ਵੈਸਟਰਨ ਯੂਨੀਅਨ ਨੇ ਦੱਸਿਆ ਵੀ ਜਿਹੜੇ ਇਹ ਪੈਸੇ ਆ ਇਹ ਆਰ ਡੀ ਐਕਸ ਰਾਹੀਂ ਬੈਂਕ 'ਚੋਂ ਪਾਏ ਜਾਣ, ਜਿਸ 'ਤੇ ਉਹ ਜਿਹੜਾ ਬੈਂਕ 'ਚੋਂ ਮੁੜ ਆਇਆ ਵਾਪਸ, ਬੈਂਕ 'ਚੋਂ ਮੁੜਦੇ ਵਾਪਸ ਉਹਨੇ ਖੂਸਾ ਰਣਧੀਰ ਸਿੰਘ PNB ਬੈਂਕ ਵਿੱਚ ਜਿਹੜੇ ਆਰ ਡੀ ਐਕਸ ਰਾਹੀਂ ਪੈਸੇ ਆਪਦੇ ਬੇਟੇ ਦੇ ਅਕਾਊਂਟ ਵਿੱਚ ਪਾਉਣੇ ਸੀਗੇ, ਪਰ ਖੂਸਾ ਰਣਧੀਰ ਪਹੁੰਚਣ ਤੋਂ ਪਹਿਲਾਂ ਹੀ ਭੱਠਾ ਪੰਪ ਦੇ ਪਿੱਛੇ ਜਿਹੜਾ ਵਾ ਥੱਲੇ ਕੋਲ ਲੰਘ ਕੇ ਉੱਥੇ ਕੋਈ ਨਾਮ ਨੂੰ ਵਿਅਕਤੀ ਨੇ ਪਹਿਲਾਂ ਇੱਕ ਮੋਟਰਸਾਈਕਲ 'ਤੇ ਦੋ ਜਵਾਨ ਮੋਟਰਸਾਈਕਲ 'ਤੇ ਸਵਾਰ ਸੀ, ਇਹਦੇ ਮੂੰਹ ਬੰਨੇ ਹੋਏ ਸੀਗੇ, ਉਹਨਾਂ ਨੇ ਅੱਗੇ ਮੋਟਰਸਾਈਕਲ ਗੱਡੀ ਰੋਕ ਲਈ। ਫਿਰ ਇਹ ਰੋਕੋ ਇੱਕ ਜਿਹੜਾ ਪਰਸਨ ਉਹਨਾਂ ਦੇ ਵਿੱਚੋਂ ਜਿਹੜਾ ਹੱਥ ਪਾਈ ਹੋ ਪਿਆ, ਉੱਥੋਂ ਬਾਅਦ ਹੀ ਜਿਹੜਾ ਇੱਕ ਮੋਟਰਸਾਈਕਲ ਹੋਰ ਆ ਗਈ, ਇਹਦੇ ਮਗਰ ਦੋ ਮੁੰਡੇ ਨੌਜਵਾਨ ਹੋਰ ਬੈਠੇ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ, ਜਿਨ੍ਹਾਂ ਨੇ ਆ ਕੇ ਗੱਡੀ ਦੀ ਡਰਾਈਵਰ ਸਾਹਿਬ ਉਲਟ ਸਾਈਡ ਬਾਰੀ ਕਲੀਅਰ ਸਾਈਡ ਬਾਰੀ ਖੋਲ੍ਹੀ ਅਤੇ ਡੈਸ਼ਬੋਰਡ ਜਿਹੜੇ ਪੈਸੇ ਗਏ 1,00,000 ਕਰੀਬ, 1,90,000 ਕਰੀਬ ਰੁਪਈਆ ਸੀ, ਉਹ ਚੱਕ ਕੇ ਚੋਰੀ ਕਰਕੇ ਅਤੇ ਉਹ ਮੌਕੇ 'ਤੇ ਫਰਾਰ ਹੋ ਗਏ। ਸਰ ਕਿੰਨੇ ਵਜੇ ਦਾ ਵਾਕਿਆ ਜੀ ਇਹ? ਕਰੀਬ ਜੀ 11 ਵਜੇ ਤੋਂ ਲੈ ਕੇ 11:15 ਵਜੇ ਤੱਕ। ਤੁਹਾਨੂੰ ਇਨਫੋਰਮੇਸ਼ਨ ਕਦੋਂ ਮਿਲੀ ਜੀ? ਸਾਨੂੰ ਜੀ 11 ਵਜੇ ਕੋਈ 2 ਜਾਂ 5-7 ਮਿੰਟ ਮਿਲੀ। ਕੀ ਕਾਰਵਾਈ ਸਰ ਹੋ ਰਹੀ ਅੱਗੇ ਹੁਣ? ਕਾਰਵਾਈ ਜੀ ਅਸੀਂ ਪਹਿਲਾਂ ਮਦਈ ਮੁਕੱਦਮਾ ਦੇ ਨਾਲ ਜਿਹੜਾ ਅਸੀਂ ਸਾਰੇ ਦੇ ਘੁੰਮਦੇ ਰਹੇ ਹਾਂ, ਮਦਈ ਮੁਕੱਦਮਾ ਆਪਣੇ ਤੌਰ 'ਤੇ ਵੀ ਜਿਹੜਾ ਆਪਦੀ ਮਤਲਬ ਤਲਾਸ਼ ਕਰਦਾ ਰਿਹਾ, ਹੁਣ ਉਹਦੇ ਨਾਮ ਨੂੰ ਵੇਖਦੇ ਖਿਲਾਫ ਮੰਗਦਾ ਉਹਦਾ ਤਿਆਰ ਕੇ ਅਗਲੀ ਪੁਲਿਸ ਵਿੱਚ ਲਿਆਂਦੀ ਗਈ ਹੈ ਅਤੇ ਦੋਸ਼ੀਆਂ ਜਿਹੜਾ ਜਲਦੀ ਟਰੇਸ ਕਰਕੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ। ਸਰ ਕਿਹੜੀ ਕਿਹੜੀ ਧਾਰਾ ਲਾਈ ਉਹਦੇ ਵਿੱਚ? ਉਹਨਾਂ 'ਤੇ ਜੀ ਧਾਰਾ ਲਾਈ ਹੈ ਜੀ ਆਪਣੀ
379B ਲਾਈ ਜੀ। ਕਿੰਨੇ ਪਰਚਾ ਦਰਜ ਕੀਤਾ, ਕਿੰਨੇ ਬੰਦੇ ਜੀ? ਚਾਰ ਬੰਦੇ ਸੀ, ਦੋ ਮੋਟਰਸਾਈਕਲ ਸੀ ਕਾਲੇ ਰੰਗ ਦੇ। ਉਹ ਸਪਸ਼ਟ ਨਹੀਂ ਕਰ ਸਕਿਆ ਬੰਦੇ ਮੁਕਦਮਾ ਵੀ ਪਲਸਰ ਮੋਟਰਸਾਈਕਲ ਡਿਸਕਵਰ ਆ ਕਿਹੜੇ ਆ, ਪਰ ਹੈ ਕਾਲੇ ਰੰਗ ਦੇ ਸੀਗੇ। ਚਾਰ ਪਰਸਨ ਸੀ, ਦੋ ਦੋ ਮੋਟਰਸਾਈਕਲ ਸੀ।